ਇਕਨੀ ਬਨੂ ਨਾ ਇਰਾਨ ਚ 99 ਸਾਲ ਦੇ ਬੁੱਢੜੇ ਮੁਜਤਹਿਦ ਆਪਣੇ ਘਰਾਂ ਚ ਮਜਲਿਸ ਕਰਾਵੇ ਨਾ ਸੈਯਦਾਨਾ ਤਾਂ ਆਪ ਦਰਵਾਜ਼ੇ ਤੇ ਆ ਖਲੋਂਦੇ ਨਾ ਇੱਕ ਇੱਕ ਨੂੰ ਆ ਆ ਕੇ ਬਹਿੰਦੇ ਨਾ ਵਤ ਆਪ ਉਹਨਾਂ ਦੀਆਂ ਜੁੱਤੀਆਂ ਜੋੜ ਕੇ ਔਰ ਇਹ ਰਾਂਦੀ ਕੰਮ ਨਹੀਂ ਇਹ ਸੁਨਤ ਮੇਰੇ ਮੌਲਾ ਸੱਜਾਦ ਦੀ ਜ਼ੋਹਰੀ ਇੱਕ ਮੋਮਿਨ ਹੈ ਸਰਕਾਰ ਦਾ ਗੁਲਾਮ ਹੈ ਬਹੁਤ ਬੜਾ ਮੁਹੱਦਿਸ ਹੈ ਜ਼ੋਹਰੀ ਆਇਆ ਮੌਲਾ ਮੇਰੇ ਪੁੱਤਰ ਦੀ ਸ਼ਾਦੀ ਮੇਰਾ ਦਿਲ ਚਾਹੁੰਦਾ ਹੈ ਤੁਸਾਂ ਤਸ਼ਰੀਫ ਲਾਇਓ ਠੱਡਾ ਸਾਹ ਨਿਕਲ ਗਿਆ ਸਰਬੇ ਦਿਨ ਜ਼ੋਹਰੀ ਰੰਜ ਨਾ ਹੋਵੇ ਜਿੱਦਾਂ ਦਾ ਮੇਰਾ ਅਕਬਰ ਭਜਦੇ ਘੋੜੇ ਤੋਂ ਲੱਗਾ ਮੇਰਾ ਸ਼ਾਦੀਆਂ ਤੋਂ ਦਿਲ ਤੰਗ ਹੋ ਗਿਆ ਮੈਂ ਸ਼ਾਦੀਆਂ ਤੇ ਮੈਨੂੰ ਛੋੜ ਦਿੱਤਾ ਮੇਰਾ ਦਿਲ ਨਹੀਂ ਆਦਾ ਜਿੱਦਾਂ ਦਾ ਸਾਡਾ ਬਾਗ ਲੁੱਟਿਆ ਨਾ ਮੈਂ ਖੁਸ਼ੀਆਂ ਵੇਖਣਾ ਸਾਡਾ ਤੇਰੀ ਖੁਸ਼ੀ ਹੋ ਸੀ ਮੈਂ ਰੋਸਾਂ ਤੂੰ ਡਿਸਟਰਬ ਹੋ ਸੈਂ ਪਰੇਸ਼ਾਨ ਹੋ ਸੈਂ ਜ਼ੋਰੀ ਠੱਡਾ ਸਾਹ ਕੱਢ ਕੇ ਚੁੱਪ ਕਰਕੇ ਇਮਾਮ ਤੋਂ ਹਟਿਆ ਮੈਂ ਇਮਾਮ ਨੂੰ ਤੰਗ ਨਾ ਕਰਾਂ ਲੇਕਿਨ ਜਿੱਦਾਂ ਚੰਦ ਕਦਮਾਂ ਦੀ ਜ਼ੋਰੀ ਕੀ ਹੈ ਨਾ ਤੇ ਇਮਾਮ ਮੋਮਿਨ ਦੀ ਪਰੇਸ਼ਾਨੀ ਦਿੱਤੀ ਹੈ ਮੇਰੇ ਆਕਾ ਪਿੱਛੂ ਟੁਰਦੇ ਹਨ ਫਰਮਾਇਦੇ ਜ਼ੋਹਰੀ ਇੱਕ ਸ਼ਰਤ ਰੱਖਦਾ ਅਗਰ ਮੰਨੇ ਤਾਂ ਮੈਂ ਵੀ ਆਖਾਂ ਮੇਰੀਆਂ ਮਾਵਾਂ ਹੀ ਆਖਿਆ ਮੇਰੀਆਂ ਭੁੱਖੀਆਂ ਜ਼ੋਹਰੀ ਅਜ਼ਮਲ ਹੁਕਮ ਕਰੋ ਕਿਹੜੀ ਸ਼ਰਤ ਹੈ ਫਰਮਾ ਮੇਰੇ ਮਜ਼ਲੂਮ ਬਾਬੇ ਦੀ ਮਜਲਿਸ ਕਰਾਂ ਤੇ ਹੋ ਸਕੇ ਤਾਂ ਪਰਦਾ ਲਵਾਵੇਂ ਪਰਦੇ ਦੇ ਅੰਦਰ ਮੇਰੀ ਮਾਂ ਪਾਏ ਰੋਸੀ ਮੇਰੀ ਮਾਂ ਦਾ ਦਿਲ ਨਹੀਂ ਭਰਿਆ ਭਰਾ ਨੂੰ ਰੋ ਰੋ ਕੇ ਇਸ ਵਾਸਤੇ ਜੋ ਕਰਬਲਾ ਤੂੰ ਚਾਹ ਕੇ ਸ਼ਾਮ ਤਾਈਂ ਮੇਰੀਆਂ ਭੁੱਖੀਆਂ ਨੂੰ ਰੋਵਣ ਕਹਿ ਭਰ ਕੇ ਰੋਣੇ ਕਰੋ ਇਹ ਰੋਵਣਾ ਸਾਡਾ ਜ਼ਰੀਆ ਨਿਜਾਤ ਹੈ ਬਸ ਖੁਦਾ ਕਸਮ ਗਰੀਬ ਬਣ ਕੇ ਹੁਸੈਨ ਨੇ ਮਜਲਿਸ ਤੇ ਆਇਆ ਕਰੋ ਹੋ ਸਕਦਾ ਅਗਲੇ ਸਾਲ ਮੋਹਰਾ ਨਸੀਬ ਹੋਵੇ ਜਾਂ ਨਾ ਹੋਵੇ ਤੁਹਾਡੇ ਤੋਂ ਕੋਈ ਪਾਬੰਦੀ ਨਹੀਂ ਰਾਤ ਦਸੇ ਮੈਂ ਬਿਲਕੁਲ ਦਿਲ ਖੋਲ ਕੇ ਰੋਵੋ ਇੱਕ ਬੰਦਾ ਜੋ ਮੇਰੇ ਛੇਵੇਂ ਇਮਾਮ ਦੇ ਸਾਹਮਣੇ ਰੋਵਣ ਲੱਗਾ ਹੈ ਤੇ ਮੋਹ